ਕਰਿਆ ਕਰਿਆ ਕਰੋ ਮੁੰਡੇ ਕੰਮ ਵਧੀਆ ਹੋਏ ਤੁਹਾਡੇ ਡੈਡੀ ਦਾ ਫੋਨ ਆਇਆ ਤੇ ਆਉਣ ਵਾਲਾ ਉਹ ਵੀ ਦੋ ਤਿੰਨ ਦਿਨ ਸਾਹਿਬ ਤੋਂ ਚੰਗਾ ਸੀ ਫਿਰ ਆ ਕੇ ਨਹੀਂ ਟੋਕੂਗਾ ਉਹ ਕੋਈ ਨਾ ਕੋਈ ਜੇ ਸਰਦਾਰ ਜੀ ਦੇਖੋ ਸੰਨੀ ਵੀ ਗਈ ਮੈਨੂੰ ਇੰਨਾ ਨਹੀਂ ਪਤਾ ਲੱਗਾ ਇਹ ਸੰਨੀ ਹੀ ਨਹੀਂ ਹੈਗੀ ਇਹ ਖਾਲਾ ਹੈ ਸੰਨੀ ਦਾ ਆਪਾਂ ਤੂੜੀ ਕੋ ਇਸਮੇ ਡਾਲੇਂਗੇ ਫਿਰ ਸੰਨੀ ਬਣੇਗੀ ਉਹ ਤੁਸੀਂ ਇਹਨੂੰ ਐਂ ਤੱਕ ਕਹਿਣਾ ਨਹੀਂ ਤੂੰ ਸਾਲੇ ਚੌਲ ਖਾਣੀ ਜਾਂ ਤੇਰਾ ਦਿਮਾਗ ਨਹੀਂ ਹੈਗਾ ਤੈਨੂੰ 4 ਸਾਲ ਹੋ ਗਏ ਰਹਿੰਦੇ ਨੂੰ ਉਹਦੇ ਨਾਲ ਬੱਸੀ ਖੋਲ ਕੇ ਲਿਆਤਾ ਹੋਵੇ ਹਾਂ ਹਾਂ ਲੈ ਗਿਆ ਚਲੋ ਕਰੋ ਸੇਦੀ ਕੰਮ ਹੁਣ ਦਾਗ ਲਵਾ ਦੇ ਕੱਪੜਿਆਂ ਦੇ ਜਦ ਪੁੱਤ ਕੱਟਾ ਖੋਲ ਲਿਆ ਉਹਨੂੰ ਪਾ ਲੱਖ ਭੁੱਖਾ ਰਾਮ ਕਿਉਂ ਵੱਡੇ ਉਹ ਆ ਗਿਆ ਚਾਚਾ ਜਿਹਾ ਵੀ ਨੀ ਸੁਣਦਾ ਕੋਈ ਗੱਲ ਸਾਡੇ ਸਾਡੇ ਬੰਦੇ ਨੇ ਠੱਠ ਕਰ ਲਿਆ ਕੋਈ ਨਾ ਪਾਉਣੇ ਸਕੀਮ ਚੱਲ ਉੱਥੇ ਹੱਥ ਪੈਰ ਧੋ ਕੇ ਫੇਰ ਆਪਾਂ ਸੰਨੀ ਕਰ ਲਈ ਰਾਮੂ ਬੱਚੇ ਲਿਆਇਆ ਹੈਲੋ ਕੋਮਲ ਹਾਂਜੀ ਹਾਂਜੀ ਕੀ ਹਾਲ ਆ ਹਾਂਜੀ ਮੈਂ ਵਧੀਆ ਤੁਸੀਂ ਦੱਸੋ ਕੀ ਕਰਦੇ ਸੀ ਕੁਛ ਨਹੀਂ ਬਸ ਕਾਲਜ ਜਾ ਰਹੀ ਸੀ ਅੱਛਾ ਤੇ ਯਾਰ ਇੱਕ ਕੰਮ ਸੀ ਤੇਰੇ ਲਈ ਹਾਂਜੀ ਹਾਂਜੀ ਜ਼ਰੂਰ ਦੱਸੋ ਕੀ ਕੰਮ ਆ ਹਾਂਜੀ ਹਾਂਜੀ ਹੁਣੇ ਕਰਦੇ ਠੀਕ ਹੈ ਠੀਕ ਹੈ ਹੈਲੋ ਹੈਲੋ ਹਾਂਜੀ ਹਾਂਜੀ ਕਿਵੇਂ ਹੋ ਵਧੀਆ ਵਧੀਆ ਤੁਸੀਂ ਦੱਸੋ ਜੀ ਮੈਂ ਕੋਮਲ ਬੋਲ ਰਹੀ ਹਾਂ ਕੋਮਲ ਹਾਂਜੀ ਹਾਂਜੀ ਕਿੱਥੋਂ ਬੋਲਦੇ ਹੋ ਜੀ ਮੈਂ ਕੈਨੇਡਾ ਤੋਂ ਅੱਛਾ ਤੁਸੀਂ ਕੈਨੇਡਾ ਤੋਂ ਬੋਲਦੇ ਹੋ ਮੇਰੇ ਤਾਂ ਕਰਮੀ ਖੁੱਲ ਗਏ ਹਾਂਜੀ ਫਿਰ ਮੈਨੂੰ ਕਿਵੇਂ ਫੋਨ ਕੀਤਾ ਤੁਸੀਂ ਤੁਸੀਂ ਮੈਨੂੰ ਬਹੁਤ ਸੋਹਣੇ ਲੱਗੇ ਅੱਛਾ ਜੀ ਮੈਂ ਸੋਹਣਾ ਲੱਗਿਆ ਬੱਲੇ ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ ਅੱਛਾ ਤੁਸੀਂ ਮੈਨੂੰ ਨਾਲ ਲੈ ਕੇ ਜਾਓਗੇ ਹਾਂਜੀ ਹਾਂਜੀ ਅੱਛਾ ਜੀ ਮੇਰੇ ਤਾਂ ਭਾਗ ਹੀ ਖੁੱਲ੍ਹ ਗਿਆ ਫਿਰ ਜੀ ਠੀਕ ਹੈ ਛੇਤੀ ਆਓ ਬਸ ਮੈਂ ਤਿਆਰ ਹਾਂ ਬਸ ਠੀਕ ਹੈ ਜੀ ਠੀਕ ਹੈ ਜੀ ਪਤਾ ਗੱਲ ਬਣ ਗਈ ਓਏ ਉਈ ਪਿੱਛੇ ਮੈਂ ਸਣੀ ਸਿਆਣ ਦੀ ਇਹਨਾਂ ਦੀਆਂ ਮੈਨੂੰ ਉੱਧੇ ਕੈਨੇਡਾ ਨੂੰ ਲਿਆਊ ਮੈਨੂੰ ਉਹ ਭੈਣ ਚਾਹ ਵੀ ਤੂੜੀ ਇਹਨਾਂ ਦੀ ਆਪਣਾ ਚੱਲੇ ਕੈਨੇਡਾ ਫੋਨ ਆ ਗਿਆ ਹੈਲੋ ਕੋਮਲ ਮੈਨੂੰ ਤੇਰੇ ਨਾਲ ਜੀ ਨਹੀਂ ਲੱਗਦਾ ਮੇਰਾ ਹੁਣ ਅੱਛਾ ਜੀ ਉਹ ਹਾਂ ਤੂੰ ਮੈਨੂੰ ਦੱਸ ਇੱਕ ਗੱਲ ਦੱਸ ਹਾਂਜੀ ਹਾਂਜੀ ਪੁੱਛੋ ਮੈਂ ਰਾਸ਼ਨ ਕਾਰਡ ਤੇ ਆ ਜੂੰ ਤੇਰੇ ਲਵੇ ਨਹੀਂ ਜੀ ਉਹ ਨਹੀਂ ਚੱਲਣਾ ਮੈਨੂੰ ਤਾਂ ਉਹੀ ਆ ਹੁਣ ਫਿਰ ਤੁਹਾਨੂੰ ਪਾਸਪੋਰਟ ਬਣਾਉਣਾ ਪੈਣਾ ਚਾਹ ਫਿਰ ਮੈਂ ਸਾਡੇ ਵਾਲੇ ਜਵਾਕਾਂ ਨੂੰ ਕਹਿਣਾ ਮੈਂ ਉਹਨਾਂ ਨੂੰ ਖਾਸੀ ਨਾਲ ਹੋ ਜਾਏਗੀ ਉਹਨਾਂ ਨੂੰ ਮੈਂ ਉਹਨਾਂ ਨਾਲ ਕਰਦਾ ਗੱਲ ਫਿਰ ਮੈਂ
हाँ हाँ बस तू मैं बुला ला छेती बुला ला मेरे तो हम जी लगता तेरे बिना मैं तुम्हें कखा च तू दिखदी है मैसा च तू दिखदी है सारे पास तू ही दिखदी है। अच्छा मेरी गल सुनो तुसी मेरे ना फ्रेंड्स कोल जाके आओगी। अच्छा केड़े फ्रेंड आ? ओ रहंदे ने भाई गुरदास दे हॉस्टल च रहंदे ने ओ। अच्छा चल मैं साडा जवाब उत्थे पढ़दे ने मैं उहनां नाल गल कर लूंगा। बस बस ठीक है तू तैयारियां रख बस मैं आ गया तेरे लवे बस ठीक है। हां जी ठीक है बाय। ओ रामू किथे पा गया कपड़े प्रेस करने वेले की करी जांदे तू सरदार के रूम में कैसे आए? ओ मैं अज कनाडा दी कुड़ी मिलने आना ओदे दो फ्रेंडर मिलने आना उन्हें कहया मैंने कनाडा वाली तो तुम कोई बुलाएगी ये तो छोटे सरदार के कपड़े पहन रखे हैं। ओ कोई गल नहीं फिर की हुंदा है मोछा ठीक नहीं ओ कोई नहीं कोई नहीं आ गया ता मुंडा नहीं गया जी फोन पर मेरा भतीजा तू ही हो करी ना तू जेड़े काम गया ते प्रेस कर ओ ये है तो सरदार के सामान ना जे गैप कर दे कोई नहीं प्रेस कुछ प्रेस कर दे। ਕਿੱਥੇ ਛੋਟਾ ਆ ਤੀ ਚਲੋ ਮੋਟਰਸਾਈਕਲ ਸਟਾਰਟ ਕਰ ਛੋੜਿਆ ਲੈ ਕੇ ਚੱਲਦੇ ਜਾ ਬਣਾਇਆ ਸਮੇਂ ਘੰਟ ਲਾਦਾ ਹਾਂ ਹਾਂ ਪੂਰਾ ਘੰਟ ਲਾ ਚੋਂ ਨੂੰ ਲੈ ਕੇ ਆਣਾ ਜੀ ਮੈਂ ਹਾਂ ਤੈਨੂੰ ਹੋਸਟਲ ਚ ਲੈ ਕੇ ਜਾਂਦੇ ਬਾਈ ਉਹ ਮੈਂ ਤੁਹਾਨੂੰ ਪਹਿਲਾਂ ਕੋਟਾ ਦੇ ਆਉਂਗਾ ਇਹਨੂੰ ਮਿਲਿਆ ਮੈਂ ਕੋਮਲ ਦਾ ਕੈਨੇਡਾ ਦੇ ਨਾ ਚਾਹ ਬੈਠਾ ਉਹ ਤੇ ਖਰਾਬ ਹੋਊਗਾ ਕੀ ਹੋ ਜਾ ਮੇਰੇ ਕੋਲ ਤੇ ਸਾਰਾ ਹੌਲੀ ਚੱਲੀ ਨਾ ਠੀਕ ਹੈ ਠੀਕ ਹੈ ਬਾਈ ਆ ਕੋਟਾ ਨਹੀਂ ਖਾਂਦੀ ਚਾਹਦਾ ਬਾਈ ਆ ਤੇਰਾ ਬਟੋਦਰ ਸਿਰ ਮੱਥੇ ਪਰ ਤੂੰ ਕਿੱਥੇ ਤੇ ਮੈਂ ਕਿੱਥੇ मिल भी जाएंगे अपन बहुत हो गया ना ये मेरी गल सुना तेन कहना ਬਹੁਤ
ਪਹਿਲਾਂ ਤਾਂ ਪੰਦਰਾਂ ਤੂੰ ਬਹੁਤ ਸਕੀਮਾਂ ਪਵਾ ਤੇ ਹੁਣ ਤੈਨੂੰ ਕੀ ਹੋ ਗਿਆ ਇਹਨਾਂ ਤੇ? ਜੋ ਸਕੀਮ ਤਾਂ ਮੇਰੀ ਪਹਿਲੀ ਚੱਲ ਗਈ, ਹੁਣ ਤਾਂ ਯਾਰ ਇਹਨਾਂ ਨੇ ਮੇਰੀ ਤੇ ਸਕੀਮ ਲਾ ਗਈ। ਕੀ ਹੋ ਗਿਆ? ਮੈਂ ਤਾਂ ਇਹਨਾਂ ਨੇ ਫੀਮ ਦੇ ਭੁਲੇਖੇ ਗਲੀਸ ਖਵਾਤਾ। ਕਹਾਂ ਤੇ ਲਗਾ ਦਿਆ ਗਲੀਸ ਆਪ? ਉਹ ਲਗਾਇਆ ਨਹੀਂ, ਖਵਾਤਾ ਦੀਗਾ। ਮੈਂ ਤਾਂ ਤਿੰਨ ਦਿਨ ਔਖਾ ਹੋਈ ਗਿਆ, ਦੋ ਦਿਨ ਭਾਵੇਂ ਦੋ ਧਾਰਾਂ ਨਹੀਂ ਆਈ ਹੈਗੀ।